ਨਕੋਦਰ 'ਚ ਬੱਚੇ ਨੂੰ ਟੌਫੀ ਨਾ ਦੇਣ ਕਾਰਨ ਪਿੰਡ ਰਹੀਮਪੁਰ ਵਿਖੇ ਝਗੜੇ ਦੌਰਾਨ ਇੱਕ ਦੁਕਾਨਦਾਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਿਓ ਪੁੱਤਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਸਾਡੇ ਕੋਲ ਸੌਰਵ ਸਾਨੂੰ ਮੋਤੀ ਲਾਲ ਵਾਸੀ ਰਹੀਮਪੁਰ ਨੇ ਸਟੇਟਮੈਂਟ ਲਿਖਾਈ ਕਿ ਉਸਦਾ ਪਿਤਾ ਕਰਿਆਨੇ ਦੀ ਦੁਕਾਨ ਕਰਦਾ। ਇੱਕ ਬੱਚਾ ਉਹਦੇ ਕੋਲ ਟੋਫੀਆਂ ਲੈਣ ਆਇਆ, ਟੋਫੀਆਂ ਲੈਣ ਤੋਂ ਉਹਨਾਂ ਨੇ ਉਹਨੂੰ ਮਨ੍ਹਾ ਕਰਤਾ, ਪੈਸੇ ਲੈ ਗਿਆ ਜਾ ਕੇ। ਉਸਦਾ ਚਾਚਾ ਆਇਆ ਅਤੇ ਉਹਨੇ ਉਹਨਾਂ ਗਾਲੀ ਗਲੋਚ ਕਰਤਾ। ਚਾਚੇ ਦਾ ਨਾਂ ਹਰਵਿੰਦਰ ਸਨ ਆਫ ਜਰਨੈਲ ਸਿੰਘ ਅਤੇ ਉਸਦਾ ਲੜਕਾ ਹਰਪ੍ਰੀਤ ਲਾਡੀ ਸਨ ਆਫ ਹਰਵਿੰਦਰ ਸਿੰਘ ਦੋਨੋਂ ਆਏ। ਉਹਨਾਂ ਨੇ ਆ ਕੇ ਉਹਨਾਂ ਕਸੂਰਮੁਖੀ ਕੀਤੀ। ਇਸੇ ਦੌਰਾਨ ਉਹਦੀ ਮੌਤ ਹੋ ਗਈ। ਅਸੀਂ ਤੁਰੰਤ ਕਾਰਵਾਈ ਕਰਦੇ ਹਾਂ, ਕੇਸ ਰਜਿਸਟਰ ਕੀਤਾ ਅਤੇ ਹਰਵਿੰਦਰ ਸਿੰਘ ਨੂੰ ਅਰੈਸਟ ਕਰ ਲਿਆ, ਤਫਤੀਸ਼ ਜਾਰੀ ਹੈ। ਅਤੇ ਦੂਸਰਾ ਬੰਦਾ ਜੀ? ਦੂਸਰੇ ਦੀ ਤਫਤੀਸ਼ ਕਰ ਰਹੇ ਹਾਂ, ਜਲਦੀ ਅਰੈਸਟ ਕਰ ਲਵਾਂਗੇ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਪੰਜਾਬ ਟੂਡੇ।